ਅਸਲਾਮ ਵਾਲੇਕਮ ਸਾਰੇ ਦੋਸਤਾਂ ਨੂੰ, ਤੁਸੀਂ ਦੇਖ ਰਹੇ ਹੋ ਪੰਜਾਬ ਟਰੈਕਟਰ ਇਨਫਾਰਮੇਸ਼ਨ ਯੂਟਿਊਬ ਚੈਨਲ। ਦੋਸਤੋ, ਤੁਸੀਂ ਜਿਹੜੀ ਮਸ਼ੀਨ ਦੇਖ ਰਹੇ ਹੋ, ਇਹ ਕੰਬਾਈਨ ਹਾਰਵੈਸਟਰ ਨੂੰ ਚਾਪਰ ਦੇ ਵਿੱਚ ਤਬਦੀਲ ਕੀਤਾ ਗਿਆ ਹੈ। ਟਾਇਰ, ਇੰਜਨ ਅਤੇ ਕਟਰ ਹਾਰਵੈਸਟਰ ਦਾ ਹੀ ਹੈ। ਹਾਰਵੈਸਟਰ ਦੀ ਥਰੈਸ਼ਰ ਵਾਲੀ ਜਗ੍ਹਾ 'ਤੇ ਚਾਪਰ ਮਸ਼ੀਨ ਨੂੰ ਫਿੱਟ ਕੀਤਾ ਗਿਆ। ਇਸ ਮਸ਼ੀਨ ਦੀ ਫੀ ਟਰਾਲੀ ਅਤੇ ਡੀਜ਼ਲ ਦੀ ਐਵਰੇਜ ਕਿੰਨੀ ਹੈ ਅਤੇ ਟਰਾਲੀ ਦਾ ਸਾਈਜ਼ ਕਿੰਨਾ ਔਰ ਇੰਜਨ ਦੀ ਪਾਵਰ ਕਿੰਨੀ ਹੈ, ਸਾਰੀ ਇਨਫੋਰਮੇਸ਼ਨ ਜਾ ਕੇ ਉਸਤਾਦ ਹੋਣਾਂ ਕੋਲ ਲੈਂਦੇ ਹਾਂ ਔਰ ਇਸ ਤੋਂ ਬਾਅਦ ਇਹਦੀ ਪਰਫਾਰਮੈਂਸ ਤੁਹਾਨੂੰ ਦਿਖਾਉਂਦੇ ਹਾਂ। ਭਾਈ, ਕਿੰਨਾ ਕਿੰਨਾ ਤੇਲ ਖਾ ਜਾਂਦੀ ਹੈ ਟਰਾਲੀ ਦਾ? 8-10-8 ਲੀਟਰ ਤੇਲ ਖਾ ਜਾਂਦੀ। ਟਰਾਲੀ ਵੱਡੀ ਤੁਹਾਡੀ? ਟਰਾਲੀ 14 ਫੁੱਟ ਦੀ ਟਰਾਲੀ ਹੈ ਅਤੇ 8.5-9 ਫੁੱਟ ਖੁੱਲੀ ਹੈ, ਚੌੜੀ ਹੈ, 14 ਫੁੱਟ ਲੰਬੀ। ਮਸ਼ੀਨ ਦਾ ਚਾਪਰ ਨਾਲੋਂ ਕੀ ਕਿੰਨਾ ਕੁ ਫਰਕ ਹੈ ਡੀਜ਼ਲ ਦੇ ਐਵਰੇਜ ਦਾ? ਐਵਰੇਜ ਦਾ ਉਹ ਟਰਾਲਾ ਵੱਡਾ, ਉਸ ਹਿਸਾਬ ਨਾਲ ਉਹਨਾਂ ਦਾ 5-6 ਖਾਂਦੀ ਹੋਏਗੀ।